ਦੋਸਤੋ ਅੱਜ ਦੀ ਗੱਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਅ ਅਦ੍ਰਸਲ ਅਸੀਂ ਇਸ ਪ੍ਰੋਗਰਾਮ 'ਚ ਕੁਝ ਐਸੇ ਵਿਸ਼ਿਆਂ ਤੇ ਚਰਚਾ ਕਰਦੇ ਹਾਂ ਉਸ ਐਸੇ ਕਰੰਟ ਅਫੇਅਰਸ ਤੇ ਚਰਚਾ ਕਰਦੇ ਹਾਂ ਜਿਨ੍ਹਾਂ ਦਾ ਸਬੰਧ ਸਾਡੇ ਦੇਸ਼ ਸਾਡੇ ਭਾਰਤ ਦੇ ਵਿਕਾਸ ਨਾਲ ਹੈ ਕੁਝ ਐਸੇ ਤਰ੍ਹਾਂ ਦਾ ਟੌਪਿਕ ਅਸੀਂ ਅੱਜ ਵੀ ਰੱਖਿਆ ਟੌਪਿਕ ਦਾ ਨਾਂ ਵਿਸ਼ਵ ਦੀ ਆਰਥਿਕ ਮਹਾਸ਼ਕਤੀ ਬਣਨ ਵਾਲਾ ਤੇਜ਼ੀ ਨਾਲ ਵਧਦਾ ਭਾਰਤ ਇਸ ਵਿਚਾਰ ਚਰਚਾ 'ਚ ਹਿੱਸਾ ਲੈਣ ਲਈ ਸਾਡੇ ਕੋਲ ਦੋ ਮਹਿਮਾਨ ਪਹੁੰਚੇ ਨੇ ਮੇਰੇ ਨਾਲ ਬੈਠੇ ਨੇ ਡਾਕਟਰ ਜਸਪਾਲ ਸਿੰਘ ਡਾਕਟਰ ਜਸਪਾਲ ਸਿੰਘ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਸਰ ਨੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਉਹਨਾਂ ਦੇ ਨਾਲ ਬੈਠੇ ਨੇ ਸ਼੍ਰੀ ਅਰਵਿੰਦ ਤੁਮਲ ਜੀ ਤੁਮਲ ਜੀ 올 ਇੰਡੀਆ ਵਾਈਸ ਪ੍ਰੈਜ਼ੀਡੈਂਟ ਨੇ ਲਘੂ ਉਦਯੋਗ 파ਰティ ਤੇ ਸੋ ਇਹਨਾਂ ਦੋਹਾਂ ਸ਼ਖਸੀਅਤਾਂ ਨਾਲ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਜਿਹਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਿਆ ਹਾਂ ਅਦਰਸਲ ਭਾਰਤ ਹੁਣ ਵਿਸ਼ਵ ਦਾ ਪੰਜਵਾਂ ਵੱਡਾ ਅਰਸ਼ਚਾਰਾ ਬਣ ਗਿਆ ਇਹ ਖਬਰ ਤੁਸੀਂ ਸਾਰਿਆਂ ਨੇ ਪੜ੍ਹੀ ਹੋਏਗੀ ਸੁਣੀ ਹੋਏਗੀ ਅ ਯੂਐਸਏ ਜਾਪਾਨ ਚਾਈਨਾ ਤੇ ਜਰਮਨੀ ਤੋਂ ਬਾਅਦ ਨੰਬਰ 10 ਸੀ ਯੂਕੇ ਦਾ ਪਰ ਅਸੀਂ ਯੂਕੇ ਨੂੰ ਪਾਰ ਕਰ ਗਏ ਆ ਇਸ ਗੱਲ ਦੀ ਸਾਨੂੰ ਸਾਰੇ ਦੇਸ਼ ਵਾਸੀਆਂ ਨੂੰ ਬਹੁਤ ਖੁਸ਼ੀ ਹੈ ਇਸੇ ਗੱਲ ਤੇ ਅਸੀਂ ਚਰਚਾ ਕਰਾਂਗੇ ਸਭ ਤੋਂ ਪਹਿਲਾਂ ਮੇਰਾ ਸਵਾਲ ਡਾਕਟਰ ਜਸਪਾਲ ਸਿੰਘ ਜੀ ਨੂੰ ਹੈ ਕਿ ਅਸੀਂ ਪੰਜਵਾਂ ਵੱਡਾ ਅਰਸ਼ਚਾਰਾ ਬਣ ਗਏ ਇਹਦੀ ਅਸੈਸਮੈਂਟ ਕਿਨੇ ਕੀਤੀ ਕਿਨੇ ਇਹਨੂੰ ਅਸੈਸਸ ਕੀਤਾ ਤੇ ਤਾਂ ਕਿ ਇਹ ਗੱਲ ਸਾਡੇ ਤੱਕ ਪਹੁੰਚੀ ਆ ਸਾਰੇ ਵਿਸ਼ਵ ਤੱਕ ਪਹੁੰਚੀ ਆ ਅਰਵਿੰਦਰ ਜੀ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਆ ਡੇੜੀ ਪੰਜਾਬੀ ਦਾ ਤੁਸੀਂ ਇਸ ਪ੍ਰੋਗਰਾਮ ਰਾਹੀਂ ਮੈਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਜੀ ਔਰ ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਅਸੀਂ ਦੁਨੀਆ ਦੇ ਵਿੱਚ ਹੁਣ ਪੰਜਵੀਂ ਮਹਾਂ ਜੁੜੀ ਸਰਦਾ ਅਰਥਚਾਰ ਮਹਾਂ ਸ਼ਕਤੀ ਵੱਲ ਅਸੀਂ ਕਦਮ ਵਧਾ ਲਿਆ ਹੈ ਜੀ ਅ ਅਮਰੀਕਾ ਦੱਸਿਆ ਜਿਵੇਂ ਤੁਸੀਂ ਚਾਇਨਾ ਹੋ ਗਿਆ ਜਾਪਾਨ ਹੋ ਗਿਆ ਜਰਮਨੀ ਤੋਂ ਬਾਅਦ ਸਾਡਾ ਨੰਬਰ ਯੂਕੇ ਨੂੰ ਪਛਾੜ ਕੇ ਅਸੀਂ ਇਸ ਨੰਬਰ ਤੇ ਪਹੁੰਚੇ ਆ ਜੀ ਇਹ 2014 ਦੇ ਵਿੱਚ ਜਦੋਂ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਦੇ ਤੌਰ ਤੇ ਅਹੁਦਾ ਸੰਭਾਲਿਆ ਅਸੀਂ ਭਾਰਤ ਦਾ ਜੀ ਤੇ ਉਹਨਾਂ ਦਾ ਇੱਕ ਸੁਪਨਾ ਸੀਗਾ ਕਿ ਬਾਏ 2024 ਜਿਵੇਂ ਅਸੀਂ ਇਹ ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣੀ ਚਾਹੁੰਦੇ ਆ ਜੀ ਉਸ ਵਾਲੇ ਇੱਕ ਬਹੁਤ ਸਾਰਤਕ ਕਦਮ ਚੁੱਕਿਆ ਗਿਆ ਅੱਜ ਸਾਡੀ ਜੋ ਟੋਟਲ ਸਾਡੀ ਵੈਲਿਊ 3.2 ਟ੍ਰਿਲੀਅਨ ਡਾਲਰ ਦੀ ਮੱਥੀ ਗਈ ਹੈ ਜੀ ਇਹ ਏਜੰਸੀ ਹੈ ਜੀ ਇੰਟਰਨੈਸ਼ਨਲ ਮੋਨਟਰੀ ਫੰਡ ਵੱਲੋਂ ਸਾਨੂੰ ਇਹ ਰਿਪੋਰਟ ਜਿਹੜੀ ਆਈ ਹੈ ਹੁਣ ਜੀ ਵਰਲਡ ਬੈਂਕ ਨੇ 2021 ਦੇ ਵਿੱਚ ਇਹ ਅਸੈਸ ਕੀਤਾ ਸੀਗਾ ਕਿ ਅਸੀਂ ਬਹੁਤ ਤੇਜ਼ੀ ਨਾਲ ਕਦਮ ਵਧਾ ਰਹੇ ਹਾਂ ਇਸ ਲੈਵਲ ਤੇ ਪਹੁੰਚਣ ਲਈ ਸੋ ਉਹਨਾਂ ਨੇ ਹੁਣ ਕਨਫਰਮ ਕਰ ਦਿੱਤਾ ਕਿ ਅਸੀਂ ਯੂਕੇ ਨੂੰ ਕ੍ਰਾਸ ਕਰਕੇ ਤਾਂ ਅਸੀਂ ਪੰਜਵੀਂ ਅਰਥਵਿਵਸਥਾ ਹੁਣ ਬਣ ਚੁੱਕਿਆ। ਡਾਕਟਰ ਸਾਹਿਬ ਤੁਸੀਂ ਜ਼ਿਕਰ ਕੀਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦਾ। ਮੈਨੂੰ ਇਹ ਇਹ ਲੱਗਦਾ ਹੈ ਕਿ ਪਿਛਲੇ 8 ਸਾਲਾਂ 'ਚ ਜਦੋਂ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਏ ਐ। ਉਦੋਂ ਤੋਂ ਹੀ ਦੇਸ਼ ਨੇ ਤਰੱਕੀ ਦੀਆਂ ਮੰਜ਼ਲਾਂ ਤੈਅ ਕਰਨੀਆਂ ਸ਼ੁਰੂ ਕੀਤੀਆਂ ਸੀ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀਆਂ ਨੀਤੀਆਂ ਕਰਕੇ ਅਸੀਂ ਤਸਕ ਪਹੁੰਚੇ? ਜੀ ਬੜੀਆਂ ਸਾਰਥਕ ਨੀਤੀਆਂ ਚੱਲ ਰਹੀਆਂ ਹਨ ਜਿਵੇਂ ਉਹਨਾਂ ਨੇ ਅਸੀਂ ਇਦਾਂ ਦੇਖੀਏ ਕਿ ਜਿਹੜੀਆਂ ਪਾਲਿਸੀਆਂ ਉਹ ਲਿਆਏ ਨੇ। ਜੀ। ਉਹ ਬਹੁਤ ਖੁੱਲੀਆਂ ਢੁਲੀਆਂ ਪਾਲিসੀਆਂ ਕਹਿ ਸਕਦੇ ਆ ਅਸੀਂ ਬੜੀਆਂ ਸਪੋਰਟਿਵ ਪਾਲিসੀਆਂ ਸੀਗੀਆਂ ਜੀ ਜਿਹਦੇ ਵਿੱਚ ਉਹਨਾਂ ਨੇ ਅਰਥਵਿਵਸਥਾ ਨੂੰ ਅਗਾਂਹ ਵਧਣ ਲਈ ਪੂਰੇ ਮੌਕੇ ਪ੍ਰਦਾਨ ਕੀਤੇ ਜੀ ਜੀ ਅ ਜਿਵੇਂ ਕਿ ਸਾਡੇ ਸਕਿੱਲ ਇੰਡੀਆ ਸ਼ੁਰੂਆਤ ਸੀਗੀ ਸਾਡੀ ਜਦੋਂ ਉਹ ਹੀ ਜੀ ਫਿਰ ਸਾਡੇ ਕੋਲ ਸਟਾਰਟਅਪ ਇੰਡੀਆ ਹੁਣ ਅੱਜਕੱਲ੍ਹ ਚੱਲ ਰਿਹਾ ਹੈਗਾ ਜੀ ਸੋ ਹਰ ਤਰ੍ਹਾਂ ਦੀ ਪਾਲਿਸੀ ਦਿੱਤੀ ਗਈ ਆ ਤੇ ਹਰ ਇੱਕ ਨੂੰ ਇੱਕ ਮੌਕਾ ਪ੍ਰਦਾਨ ਕੀਤਾ ਕਿ ਜਿਹੜਾ ਅਗਾਂਹ ਵਧਣਾ ਚਾਹੁੰਦਾ ਉਹਨੂੰ ਪੂਰੀ ਸਰਕਾਰੀ ਸਰਕਾਰ ਵੱਲੋਂ ਇੱਕ ਸਪੋਰਟ ਮਿਲਦੀ ਹੈ ਇੰਡਸਟਰੀ ਬਹੁਤ ਤਰੱਕੀ ਕਰ ਰਹੀ ਹੈ ਕਿਉਂਕਿ ਇੰਡਸਟਰੀ ਦੇ ਸਾਡੇ ਕੋਲ ਮਾਹਰ ਬੈਠੇ ਨੇ ਮਿਸਟਰ ਧੂਮਲ ਧੂਮਲ ਸਾਹਿਬ ਜਿਹੜਾ ਐਮ ਐਸ ਐਨ ਆਈ ਹੈ ਯਾਨੀ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰੀਨਰ ਇਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਇਹਦੇ ਵਿੱਚ ਕਿੰਨਾ ਕੁ ਵਾਧਾ ਹੋਇਆ ਜਿਹੜਾ ਅਸੀਂ ਇਸ ਤਰੱਕੀ ਦੀ ਮਸਲਾਵਲ ਤੈਅ ਕਰ ਰਹੇ ਹਾਂ ਜੀ ਪੱਟੀ ਸਾਹਿਬ ਜਿਵੇਂ ਕਿ ਡਾਕਟਰ ਸਵਰਨ ਦੱਸਿਆ ਹੈ ਇੰਡੀਆ ਗਰੋਥ ਕਰ ਰਿਹਾ ਤੁਸੀਂ ਵੀ ਕਿਹਾ ਕਿ ਪੰਜਵੀਂ ਕੋਣੀ ਵੱਡੀ ਬਣ ਗਈ ਹੈ ਜੀ ਐਮ ਐਸ ਐਮ ਇ ਸੈਕਟਰ ਜਿਹੜਾ ਮਾਈਕਰੋ স্মॉल ਤੇ ਮੀਡੀਅਮ ਐਂਟਰਪ੍ਰਾਈਜ਼ਸ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਜੀ ਇਸ ਵਿੱਚ ਸਾਡੇ ਦੇਸ਼ ਦੇ ਵਿੱਚ 6 ਕਰੋੜ ਤੋਂ ਵੱਧ ਐਮ ਐਸ ਐਮ ਇਸ ਨੇ ਜੀ ਜਿਨ੍ਹਾਂ ਵਿੱਚ 11 ਕਰੋੜ ਤੋਂ ਵੱਧ ਲੋਕਾਂ ਨੂੰ ਡਾਇਰੈਕਟ ਏਮਪਲॉयਮੈਂਟ ਯਾਨੀ ਕਿ ਪ੍ਰਤੱਖ ਰੋਜ਼ਗਾਰ ਮਿਲਿਆ ਹੋਇਆ ਹੈ ਜੀ ਦੇਸ਼ ਦੀ ਜਿਹਨੇ ਜੀ ਡੀ ਪੀ ਹੈ ਉਹਦੇ ਵਿੱਚ ਜਿਹੜਾ ਮੈਨੂਫੈਕਚਰਿੰਗ ਹੈਗਾ ਉਹਦੇ ਵਿੱਚ 6% ਤੋਂ ਜ਼ਿਆਦਾ ਯੋਗਦਾਨ ਹੈ ਤੇ ਜਿਹੜਾ ਸਰਵਿਸ ਸੈਕਟਰ ਐਮ ਐਸ ਐਮ ਇ ਦਾ ਹੈਗਾ ਉਹਦਾ 24% ਤੋਂ অধিক ਯੋਗਦਾਨ ਹੈ ਜੀ ਜਿਹੜਾ ਕਿ ਗਵਰਨਮੈਂਟ ਨੇ ਟਾਰਗੇਟ ਰੱਖਿਆ ਕਿ 2025 ਤੱਕ 50% ਦੇ ਕਰਨਾ ਸੀ ਜੀ ਔਰ ਐਗਰੀਕਲਚਰ ਸੈਕਟਰ ਤੋਂ ਬਾਅਦ ਸਭ ਤੋਂ ਵੱਧ এমਪਲੋਇਮੈਂਟ ਇਹਨਾਂ ਨੇ ਜਨਰੇਟ ਕੀਤੀ ਹੋਈ ਹੈ ਐਮ ਐਸ ਐਮ ای ਸੈਕਟਰ ਨੇ ਹੂੰ ਹੂੰ ਤੇ ਪਹਿਲਾਂ ਇਹਨਾਂ ਨੂੰ ਐਸ ਐਸ ਆਈ ਕਿਹਾ ਜਾਂਦਾ ਸੀਗਾ ਸਮਾਲ ਸਕਿਲ ਇੰਡਸਟਰੀ ਸੈਕਟਰ ਸੀ ਦਾ ਲੇਕਿਨ ਬਾਅਦ ਵਿੱਚ ਐਮ ਐਸ ਐਮ ای ਕਹਿੰਦਾ ਐਂਟਰਪ੍ਰਾਈਜ਼ ਵਰਡ ਯੂਜ਼ ਕਰਦਾ ਮੈਨੂਫੈਕਚਰਿੰਗ ਵਿੱਚ ਇਹ ਆ ਗਈ ਸਰਵਿਸ ਵਿੱਚ ਇਹ ਆ ਗਈ ਸਰਵਿਸ ਵਿੱਚ ਆ ਗਈ ਜਿਹੜਾ 25 ਕਰੋੜ ਤੱਕ ਜਿਹੜੀ 25 ਲੱਖ ਤੱਕ ਇਨਵੈਸਟਮੈਂਟ ਸੀ ਉਹਨੂੰ ਮਾਈਕਰੋ ਕਹਿੰਦੇ ਸੀ ਜੀ ਪਲਾਂਟ ਮਸ਼ੀਨਰੀ ਤੇ ਇਕਵਿਪਮੈਂਟ ਦੇ ਵਿੱਚ ਜੀ ਸੱਚੇ ਲੱਖ ਤੋਂ 5 ਕਰੋੜ ਤੱਕ ਸੀਗੀ ਉਹਨੂੰ ਕਹਿੰਦੇ ਸੀ ਸਮਾਲ ਸਕیل ਇੰਡਸਟਰੀ ਜੀ ਤੇ 5 ਕਰੋੜ ਤੋਂ 10 5 ਕਰੋੜ ਤੱਕ ਲੈ ਕੇ 10 ਕਰੋੜ ਤੱਕ ਉਹਨੂੰ ਕਹਿੰਦੇ ਮੀਡੀਅਮ ਕਹਿੰਦੇ ਸੀ ਜੀ ਹੁਣੀ 2-3 ਸਾਲ ਪਹਿਲਾਂ ਗਵਰਨਮੈਂਟ ਨੇ ਇਹਨੂੰ ਚੇਂਜ ਕੀਤਾ ਐਮੈਂਡਮੈਂਟ ਕੀਤੀ ਐਕਟ ਦੇ ਵਿੱਚ ਜਿਹੜਾ ਐਮਐਸਐਮਏ ਐਕਟ ਸੀਗਾ ਜੀ ਤੇ ਉਹਦੇ ਵਿੱਚ ਇਨਵੈਸਟਮੈਂਟ ਵਾਈਜ਼ ਵੀ ਕਰ ਦਿੱਤਾ ਤੇ ਟਰਨਓਵਰ ਵਾਈਜ਼ ਵੀ ਕਰ ਦਿੱਤਾ ਹੁਣ 1 ਕਰੋੜ ਤੱਕ ਹੋਇਆ ਆ ਮਾਈਕਰੋ ਹੈ ਤੇ ਜੇ 5 ਕਰੋੜ ਤੱਕ ਸੇਲ ਹੋਏ ਤਾਂ ਵੀ ਮਾਈਕਰੋ ਹੈ ਜੀ ਜੇ 10 ਕਰੋੜ ਤੱਕ ਇਨਵੈਸਟਮੈਂਟ ਹੈਗੀ স্মੋਲ ਹੈ ਤੇ 50 ਕਰੋੜ ਤੱਕ ਸੇਲ ਹੈਗੀ ਤਾਂ ਵੀ স্মੋਲ ਹੈ ਜੀ ਤੇ 50 ਕਰੋੜ ਤੱਕ ਇਨਵੈਸਟਮੈਂਟ ਹੈ ਤੇ 250 ਕਰੋੜ ਤੱਕ ਸੇਲ ਹੈ ਕਿਸੇ ਵੀ ਕੈਟਾਗਰੀ ਜਾਂਦਾ ਮੀਡੀਅਮ ਚ ਆ ਗਿਆ ਹੈ ਜੀ ਲੇਕਿਨ ਇਹ ਬਹੁਤ ਵਾਈਟਲ ਸੈਕਟਰ ਹੈ ਔਰ ਇਹ ਇਕਨੋਮੀ ਨੂੰ ਗਰੋ ਕਰ ਲਈ ਬਹੁਤ ਜ਼ਿਆਦਾ ਯੋਗਦਾਨ ਦੇ ਰਹੀ ਹੈ ਜੀ ਤੁਹਾਡੇ ਕਹਿਣ ਦਾ ਮਤਲਬ ਕਿ ਜਿਹੜਾ ਗਰੋ ਹੋ ਰਿਹਾ ਇੰਡੀਆ ਇਹਦੇ ਚ ਇੰਡਸਟਰੀਜ਼ ਦਾ ਮੈਕਸਿਮ ਹਾਂ ਐਮ ਐਸ ਐਮ ای ਸੈਕਟਰ ਦਾ ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ 3.2 3.2 ਆਪਾਂ ਦੀ ਯੂਕੇ ਦੀ ਕਰਾਸ ਕਰ ਲਈ ਹੈ 1.3 ਟ੍ਰਿਲੀਅਨ ਤਾਂ ਸਿਰਫ ਐਮ ਐਸ ਐਮ ای ਸੈਕਟਰ ਦਾ ਯੋਗਦਾਨ ਹੈ ਜੀ ਸਰ ਅਸੀਂ ਆਪਣੀ ਚਰਚਾ ਜਾਰੀ ਰੱਖਾਂਗੇ ਪਰ ਸਾਡੇ ਚ ਨਾਲ ਇਸਰੇ ਜੁੜੇ ਨੇ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਗਵਿੰਦਰ ਪ੍ਰਸਾਦ तिवारी ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ की बात है कि हमारी इकोनॉमी और जीडीपी बहुत तेजी से बढ़ रही है लेकिन यदि हम देखें कि जो पर कैपिटा जीडीपी की पी की तुलना करें अमेरिका की आबादी हमसे एक चौथाई है तो वहाँ पर जो डेवलपमेंट सेहत जो डेवलपमेंट के लिए जो धनराशि उपलब्ध है वो हमसे कई गुना ज़्यादा उपलब्ध है हमारे यहाँ की जनसंख्या इतनी ज़्यादा है कि इस जो हमारी जो वृद्धि हुई है ये पसंदा की बात है लेकिन हमें इससे इसे और अधिक मेहनत करना पड़ेगा जिससे हमारा ग्रास डोमेस्टिक प्रोडक्ट है जो फाइनल प्रोडक्ट्स एंड सर्विसेज, जिसके आधार पर जीडीपी नापी जाती है मापी जाती है वो और तेज़ी से बढ़े और हमारे देश में खुशहाली आ सके इसके साथ साथ एक बात हमें और ध्यान में रखनी है कि आज जब हम क्लाइमेट चेंज के दौर से गुजर रहे हैं जलवायु परिवर्तन इतनी तीव्र गति से हो रहा है जिससे तरह तरह की विषमताएं केवल हमारे देश में नहीं बल्कि पूरे विश्व में आ रही हैं तो जो ये जीडीपी का नए आंकड़े अभी जो रिलीज हुए हैं उनमें ग्रीन इकोनॉमी का कितना कंट्रीब्यूशन है आज जो सबसे मानवता के सामने आज जो सबसे बड़ी समस्या है वो जलवायु परिवर्तन और उसकी विभीषिका पर है तो इस जलवायु परिवर्तन को रोकने के लिए एकमात्र उपाय है ग्रीन इकोनॉमी जहाँ पर हम जो हमारे कन्वेंशनल एनर्जी रिसोर्सेज हैं उनका कम से कम उपयोग करें और ज़्यादा से ज़्यादा नॉन कन्वेंशनल एनर्जी रिसोर्सेज बेस्ड इकोनॉमी एग्रीकल्चर एक बेस्ड इकोनॉमी हमारी जो ये थ्री पॉइंट फाइव थ्री ट्रिलियन डॉलर की जो जीडीपी है इसमें हमारी एग्रीकल्चर का कितना योगदान है वो भी ग्रीन एग्रीकल्चर का जहाँ पर कि बिना फर्टिलाइजर और बिना कीटनाशक दवाओं का उपयोग किए हुए हम जो खेती करते हैं जो हमारी ट्रेडिशनल जो हमारी शक्ति रही है इस पर हमें विचार करना अति आवश्यक है और हमारे हमारे देश में ही नहीं बल्कि जितने भी विकसित देश हैं जहाँ पर जहाँ की जीडीपी uh, इतनी अच्छी है उनको भी ये विशेष ध्यान देना पड़ेगा कि उनकी इस जीडीपी ग्रोथ में, ग्रोथ रेट में ग्रीन इकोनॉमी का कितना कंट्रीब्यूशन है तभी हम अपने मानवता के भविष्य को इस पृथ्वी माँ की गोद में तभी हम सुरक्षित रख पाएंगे तिवारी साहब ने बहुत खूबसूरत गलिया अपनी चर्चा जारी रखते हैं डॉक्टर साहब ਕਿਹੜੇ ਕਿਹੜੇ ਖੇਤਰ ਨੇ ਜਿਨ੍ਹਾਂ ਚ ਤਰੱਕੀ ਹੋਈ ਹੈ ਜਿਹਦੇ ਕਰਕੇ ਅਸੀਂ ਇਸ ਲੈਵਲ ਤੱਕ ਪਹੁੰਚ ਸਕੇ ਹੁਣ ਤੱਕ ਜੀ ਜੇ ਅਸੀਂ ਪਾਲਿਸੀਆਂ ਵੱਲ ਧਿਆਨ ਮਾਰੀਏ ਤਾਂ ਅਸੀਂ ਦੇਖਾਂਗੇ ਕਿ ਸਰਕਾਰ ਵੱਲੋਂ ਟੈਕਨੋਲੋਜੀ ਨੂੰ ਬਹੁਤ ਉਤਸ਼ਾਹਤ ਕੀਤਾ ਜਾ ਰਿਹਾ ਜੀ ਜੀ ਅ ਜਿਵੇਂ ਜੇ ਅਸੀਂ ਸਰਵਿਸ ਸੈਕਟਰ ਦੀ ਵੀ ਗੱਲ ਕਰੀਏ ਬੈਂਕਿੰਗ ਦੇ ਉੱਤੇ ਬਹੁਤ ਧਿਆਨ ਦਿੱਤਾ ਗਿਆ ਜੀ ਜੀ ਅ ਜ਼ਿਆਦਾਤਰ ਸਾਡਾ ਥਰੂ ਟੈਕਨੋਲੋਜੀ ਜਿਵੇਂ ਆਪਰੇਟ ਕਰ ਰਹੇ ਹਾਂ ਸਾਡਾ ਯੂਪੀਆਈ ਜਿਹੜਾ ਯੂਨੀਫਾਈਡ ਪੇਮੈਂਟ ਇੰਟਰਫੇਸ ਬਣਾਇਆ ਗਿਆ ਜੀ ਇਹ ਇੱਕ ਬਹੁਤ ਸਾਰਤਕ ਕਦਮ ਸੀ ਜਿੱਦਰ ਪੇਮੈਂਟ ਜਿਹੜੀ ਰੂਰਲ ਏਰੀਆ ਤੱਕ ਵੀ ਅਸੀਂ ਲੈ ਗਏ ਜਿੱਥੇ ਤੱਕ ਉਹਨਾਂ ਨੇ ਖਰੀਦੋ-ਫਰੋਖਤ ਕਰਨੀ ਜਾਂ ਬਿਜ਼ਨਸ ਸ਼ਾਮਲ ਹੋਣਾ ਬੜਾ ਸੌਖਾ ਹੋ ਗਿਆ ਜੀ ਦੂਜਾ ਈ-ਕਾਮਰਸ ਦੇ ਉੱਤੇ ਜਿੰਨੀ ਡਿਵੈਲਪਮੈਂਟ ਹੋ ਗਈ ਸਾਡੀ ਵੀ ਘਰ ਬੈਠੇ ਆ ਅਸੀਂ ਹਰ ਚੀਜ਼ ਨੂੰ ਆਰਡਰ ਕਰਕੇ ਮੰਗਵਾ ਸਕਦੇ ਆ ਉਹਦੇ ਨਾਲ ਵੀ ਬਿਜ਼ਨਸ ਐਕਸਪੈਂਡ ਕਰ ਰਹੇ ਨੇ ਅਸੀਂ ਸਪਲਾਈ ਲਾਈਨ ਜਿਹੜੀਆਂ ਠੀਕ ਕਰ ਲੀਆਂ ਹੈਗੀਆਂ ਜੀ ਤੋ ਇਹਨਾਂ ਕੁ ਚੀਜ਼ਾਂ ਦੇ ਉਤੇ ਐਜੂਕੇਸ਼ਨ ਪਾਲਿਸੀ ਜਿਹੜੀ ਸਾਡੀ ਨੈਸ਼ਨਲ ਐਜੂਕੇਸ਼ਨ ਪਾਲਿਸੀ ਇੱਕ ਬਣਾਈ ਜਾ ਰਹੀ ਹੈ ਜਿਹੜੀ ਅਸਲ ਇਨ ਪ੍ਰੋਸੈਸ ਹੈਗੀ ਆ ਇੰਪਲੀਮੈਂਟੇਸ਼ਨ ਹੁਣ ਉਹਦੀ ਸ਼ੁਰੂ ਹੋਈ ਆ ਜਿਹੜਾ ਇੱਕ ਇਹ ਕਦਮ ਚੁੱਕਿਆ ਜਾ ਰਿਹਾ ਜਿੱਥੇ ਪੂਰੇ ਭਾਰਤ ਨੂੰ ਇੱਕ ਯੂਨਿਟ ਗਿਨ ਕੇ ਅਸੀਂ ਜਿੱਦਾਂ ਐਜੂਕੇਸ਼ਨ ਨੂੰ ਸਪਰੈਡ ਕਰਾਂਗੇ ਕਿਉਂਕਿ ਜੇ ਅਸੀਂ ਵੇਖੀਏ ਹੁਣ ਤਾਂ ਸਾਡੀ ਜਿਹੜੀ ਇੰਪਲੋਏਬਿਲਟੀ ਦੇ ਉਤੇ ਬਹੁਤ ਇਫੈਕਟ ਸੀਗਾ ਡਿਗਰੀਆਂ ਤਾਂ ਅਸੀਂ ਦੇ ਦਿੰਦੇ ਸੀਗੇ ਵੀ ਰਿਲੇਟਡ ਟੂ ਐਜੂਕੇਸ਼ਨ ਮੈਂ ਦੱਸ ਸਕਦਾ ਜਿਵੇਂ ਡਿਗਰੀਆਂ ਤੇ ਬੱਚੇ ਲੈ ਜਾਂਦੇ ਸੀ ਪਰ ਇੰਪਲੋਏਬਿਲਟੀ ਨਹੀਂ ਸੀ ਬਣ ਪਾਰੀ ਮੋਦੀ ਗਵਰਨਮੈਂਟ ਦਈ ਕੇ ਬਹੁਤ ਇੱਕ ਸਾਰਤਕ ਕਦਮ ਹੈ ਜਿਹੜਾ ਉਹਨਾਂ ਨੇ ਬਹੁਤ ਧਿਆਨ ਦਿੱਤਾ ਇਸ ਗੱਲ 'ਤੇ ਔਰ ਨੈਸ਼ਨਲ ਐਜੂਕੇਸ਼ਨ ਪਾਲਿਸੀ ਡਰਾਫਟ ਕੀਤੀ ਜਾ ਰਹੀ ਹੈ ਜਿਹੜਾ ਇੱਕ ਹੋਰ ਵੱਧ ਦਾ ਕਦਮ ਹੈ ਹੋਰ ਵੱਧ ਦਾ ਕਦਮ ਇਹ ਤੁਮਰ ਸਾਹਿਬ ਜਿਤਨਾ ਡਾਕਟਰ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਹੜੀ ਬੈਂਕਿੰਗ ਸਰਵਿਸਿਜ਼ ਨੇ ਖਾਸ ਕਰਕੇ ਇਹਨਾਂ ਨੇ ਪੇਮੈਂਟਸ ਦੀ ਗੱਲ ਕੀਤੀ ਹੈ ਹੁਣ ਤੁਸੀਂ ਕਿਸੇ ਵੀ ਜਗ੍ਹਾ ਤੇ ਜਾਣਾ ਆਪਣਾ ਮੋਬਾਈਲ ਤੇ ਹੀ ਉਹਦੀ ਪੇਮੈਂਟ ਹੋ ਜਾਂਦੀ ਹੈ ਹਨਾ ਉਹ ਇੰਡਸਟਰੀ ਨੂੰ ਵੀ ਤੁਹਾਨੂੰ ਕਾਫੀ ਫਰਕ ਪਿਆ ਹੋਏਗਾ ਉਹ ਨਾਲ ਹਾਂਜੀ ਇਹਦਾ ਡਿਜੀਟਾਈਜ਼ੇਸ਼ਨ ਦਾ ਬਹੁਤ ਜ਼ਿਆਦਾ ਐਡਵਾਂਟੇਜ ਹੋਇਆ ਇੰਡਸਟਰੀ ਨੂੰ ਸਾਨੂੰ ਹਲੇ ਵੀ ਯਾਦ ਆ ਕੀ ਜਦੋਂ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਬਣੇ ਉਸ ਤੋਂ ਪਹਿਲਾਂ ਬੈਂਕਾਂ ਦੇ ਵਿੱਚ ਲੇਬਰ ਲਈ ਖਾਤੇ ਖੁਲਵਾਉਣਾ ਬਹੁਤ ਵੱਡੀ ਸਮੱਸਿਆ ਸੀ ਵੱਡੀ ਸਮੱਸਿਆ ਸੀ ਫੈਕਟਰੀ ਓਨਰ ਨੂੰ ਉਹਦੀ ਗਾਰੰਟੀ ਦੇਣੀ ਪੈਂਦੀ ਸੀ ਜਿਹੜਾ ਬੜਾ ਕੰਬਰਸਮ ਕੰਮ ਸੀ ਤੇ ਹੁਣ ਜਨਤਨ ਯੋਜਨਾ 'ਚ ਸਾਰਿਆਂ ਦੇ ਖਾਤੇ ਹਾਂਜੀ ਸਭ ਦੇ ਖਾਤੇ ਖੁੱਲੇਗੇ ਜੀ ਔਰ ਉਸ ਤੋਂ ਬਾਅਦ ਜਿਹੜੀ ਲੇਬਰ ਸੀਗੀ ਜਿਹੜੀ ਸਪੈਸ਼ਲੀ ਪੈਸੇ ਦੇਣ ਲਈ ਉਹਨਾਂ ਨੇ ਜਾਣਾ ਉਹਨਾਂ ਦੀ ਡਿਜੀਟਾਈਜੇਸ਼ਨ ਦੇ ਨਾਲ ਉਹਨਾਂ ਨੂੰ ਇਸ ਚਿੰਤਾ ਬਹੁਤ ਘਟ ਗਈ ਹੈ ਉਹਨਾਂ ਦੇ ਖਾਤੇ ਪੈਸੇ ਟਰਾਂਸਫਰ ਹੋ ਜਾਂਦੇ ਨੇ ਮੰਨੀ ਇਹ ਟਾਈਮ ਦੀ ਸੇਵਿੰਗ ਐਨਰਜੀ ਦੀ ਸੇਵਿੰਗ ਹੈ ਮੈਂ ਤਾਂ ਇੰਡਸਟਰੀ ਪੁਆਇੰਟ ਆਫ 뷰 ਨਾਲ ਗੱਲ ਕਰ ਸਕਦਾ ਹਾਂ ਇੰਡਸਟਰੀ ਨਾਲ ਜੁੜੀ ਲੇਬਰ ਦਾ ਤੇ ਜਿਹੜਾ ਤੁਹਾਡੇ ਐਂਟਰਪ੍ਰੀਨਰ ਉਹਨਾਂ ਦੇ ਆਪਸ ਵਿੱਚ ਸਬੰਧ ਵੀ ਠੀਕ ਹੋ ਗਏ ਉਹਨਾਂ ਨਾਲ ਹਾਂਜੀ ਬਹੁਤ ਫਰਕ ਪਿਆ ਦੇ ਨਾਲ ਵਿਸ਼ਵਾਸ ਵਧਿਆ ਡਿਜੀਟਾਈਜੇਸ਼ਨ ਦੇ ਨਾਲ ਬਹੁਤ ਵਿਸ਼ਵਾਸ ਵਧਿਆ ਹੈ ਡਾਇਰੈਕਟ ਟ੍ਰਾਂਸਫਰ ਨਾਲ ਬਹੁਤ ਵਿਸ਼ਵਾਸ ਵਧਿਆ ਜਿਦਾ ਡਾਕਟਰ ਸਾਹਿਬ ਗੱਲ ਕਰ ਰਹੇ ਸੀਗੇ ਬਹੁਤ ਸਾਰੇ ਫੀਲਡ ਇੰਟਰਕਨੈਕਟਿਡ ਨੇ ਜਿਦਾ ਕਿਸਾਨੀ ਵਾਲੇ ਖੇਤਰ ਦੇ ਵਿੱਚ ਡਾਇਰੈਕਟ ਟ੍ਰਾਂਸਫਰ ਸ਼ੁਰੂ ਹੋਈ ਹੈ ਇਹਦਾ ਨਾਲ ਵਿਸ਼ਵਾਸ ਵਧਦਾ ਹੈ ਜਿਹੜਾ ਰੀਅਲ ਜ ਬੈਨੀਫਿਟ ਪਹੁੰਚੇਗਾ ਤਾਂ ਬਹੁਤ ਜ਼ਿਆਦਾ ਵਾਧਾ ਹੁੰਦਾ ਹੈ ਜੀ ਅ ਰਸ਼ਬ ਸਾਹਿਬ ਕਿਹੜੇ ਕਿਹੜੇ ਕਾਰਨ ਰਹੇ ਹੋਣਗੇ ਜਿਦੇ ਕਰਕੇ ਅਸੀਂ ਇੱਥੇ ਤੱਕ ਪਹੁੰਚ ਸਕੇ ਆ ਅ ਜਿਵੇਂ ਜਿਸੀਂ ਗੱਲ ਕੀਤੀ ਹੈ ਜੀ 2014 ਤੋਂ ਜਦੋਂ ਤੋਂ ਮੋਦੀ ਸਰਕਾਰ ਨੇ ਕਮਾਂਡ ਸੰਭਾਲੀ ਸੀਗੀ ਜੀ ਜਿਹੜੀਆਂ ਪਾਲਿਸੀਆਂ ਰਿਫਾਈਨ ਕੀਤੀਆਂ ਗਈਆਂ ਜਿਵੇਂ ਜਿਵੇਂ ਡਾ. ਇਹ 10 ਰੇਨ ਤੋਂ ਮੁਖ ਸਾਹਿਬ ਨੇ ਵੀ ਦੱਸਿਆ ਇੰਡਸਟਰੀ ਨੂੰ ਬਹੁਤ ਜ਼ਿਆਦਾ ਇੰਪੀਟਸ ਦਿੱਤਾ ਗਿਆ ਉਹਨੂੰ ਬਹੁਤ ਜ਼ਿਆਦਾ ਸਪੋਰਟ ਸਿਸਟਮ ਮਿਲਿਆ ਜੀ ਜਿਦੇ ਕਰਕੇ ਅਸੀਂ ਅੱਜ ਜਿਵੇਂ ਸਾਡੇ ਐਜੂਕੇਸ਼ਨ ਚ ਕਹਿੰਦੇ ਨੇ ਕਿ ਸਾਡੀ ਜਿਹੜੀ ਓਰੀਐਂਟੇਸ਼ਨ ਹੁੰਦੀ ਹੈ ਉਹਨਾਂ ਦੀ ਬੱਚਾ ਡਿਗਰੀ ਲੈ ਕੇ ਤੇ ਜੌਬ ਲੈ ਕੇ ਸੈਟਲ ਡਾਊਨ ਹੋ ਜਾਏ। ਜੀ। ਬਟ ਇੱਕ ਜਿਹੜੀ ਇਹ ਚੇਂਜ ਵੱਡੀ ਆਈ ਉਹਨਾਂ ਨੇ ਐਂਟਰਪ੍ਰੈਨਿਓਰial ਸਪਿਰਿਟ ਅਸੀਂ ਕਹਿ ਸਕਦੇ ਹਾਂ ਜਿਹੜੀ ਉਹਨਾਂ ਨੇ ਇਹ ਕਾਇਮ ਕੀਤੀ। ਬੱਚਿਆਂ ਨੂੰ ਇਹ ਸਟਾਰਟਅਪ ਜਿਵੇਂ ਅਸੀਂ ਅੱਜ ਕੱਲ ਬਹੁਤ ਆਈਡੀਆ ਕਰ ਰਹੇ ਨੇ। ਬਲਕਿ ਕਿ ਵੀ ਬਿਜ਼ਨਸ ਆਪਣਾ ਬਿਜ਼ਨਸ ਵਾਲੇ ਪਾਸੇ ਚਲੋ। ਰਾਦਰ ਕਿ ਤੁਸੀਂ ਜੌਬ ਲੈਣੀ ਹੈ ਇਹਦੇ ਨਾਲੋਂ ਤੁਸੀਂ ਜੌਬ ਕ੍ਰੀਏਟਰੀਅਨ ਵਾਲੇ ਪਾਸੇ ਦੇਣ ਵਾਲੇ ਪਾਸੇ ਬਿਲਕੁਲ ਠੀਕ। ਸੋ ਇਹ ਬਹੁਤ ਵੱਡਾ ਇੱਕ ਫੈਕਟਰ ਸਾਹਮਣੇ ਸਿਕਰ ਤੋਂ ਜੋ ਪ੍ਰੋਵਾਈਡਰਸ ਬਣਾਉਣ ਵਾਸਤੇ ਜਿਹੜੀ ਮੂਵਮੈਂਟ ਗਵਰਨਮੈਂਟ ਦੀ ਹੈ ਨਾ ਇਹ ਬਹੁਤ ਪਪੂਲਰ ਹੋਈ ਹੈ ਤੁਸੀਂ ਦੇਖੋ ਕੋਈ ਛੋਟੇ ਛੋਟੇ ਕਸਬਿਆਂ ਤੱਕ ਪਿੰਡਾਂ ਤੱਕ ਇਹ ਚੀਜ਼ ਗਈ ਹੈ ਔਰ ਐਮ ਐਸ ਐਮ ਇਸ ਦੇ ਵੀ ਤਾਂ 51% ਦਾ ਵਿਲੇਜਿਸ ਵਿੱਚ ਹੈਗਾ ਰੂਰਲ ਏਰੀਆ 'ਚ ਹੈਗਾ ਤੇ ਇਸ ਚੀਜ਼ ਨਾਲ ਨਵੇਂ ਜਿਹੜੇ ਯੁਵਕ ਨੇ ਉਹ ਸਕਿਲਡ ਹੋ ਕੇ ਆਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਨੌਕਰੀ ਕਰਨ ਦੀ ਬੀ ਆਪਣਾ ਕੰਮ ਸ਼ੁਰੂ ਕਰਨ ਲਈ ਗਵਰਨਮੈਂਟ ਦੀ ਸਕੀਮਾਂ ਦਾ ਬੇਨਿਫਿਟ ਵੀ ਲੈ ਰਹੇ ਨੇ ਜੀ ਤੁਸੀਂ ਕਿਉਂਕਿ ਇੰਡਸਟਰੀ 'ਚ ਉਹ ਤੁਹਾਡੇ ਕੋਲ ਕਾਫੀ ਸਾਰੇ ਲੋਕ ਆਉਂਦੇ ਹੋਣਗੇ ਕਿ ਅਸੀਂ ਮਤਲਬ ਨਵੀਂ ਇੰਡਸਟਰੀ ਸ਼ੁਰੂ ਕਰਨੀ ਮੈਂ ਜਿਹੜਾ ਲਘੂ ਉਦਯੋਗ ਭਰਤਣਾ ਜੁੜਿਆ ਹੋਇਆ ਹਾਂ ਹਿੰਦੁਸਤਾਨ ਦੇ 500 ਤੋਂ ਵੱਧ ਜ਼ਿਲ੍ਹੇ ਵਿੱਚ ਸਾਡੇ ਯੂਨਿਟ ਸਟੈਬਲਿਸ਼ ਹੋ ਚੁੱਕੇ ਆ ਤੇ ਬੇਸਿਕਲੀ ਜਿਹੜੀ ਗਵਰਨਮੈਂਟ ਦੀ ਪਾਲਿਸਿਸ ਬਣਦੀਆਂ ਆ ਸਾਡਾ ਪ੍ਰਯਾਸ ਹੁੰਦਾ ਕਿ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਈਏ ਸਾਡੇ ਮੈਂਬਰਸ ਹਰ ਸ਼ਹਿਰ ਚ ਨੇ ਅਸੀਂ ਵਰਕਸ਼ਾਪਸ ਲਗਾਉਂਦੇ ਆ ਅਵੇਅਰਨੈਸ ਕੈਂਪਸ ਲਗਾਉਂਦੇ ਆ ਉਹਦੇ ਮਾਧਿਅਮ ਤੇ ਆਪਣੇ ਮੈਂਬਰਸ ਨੂੰ ਤੇ ਹੋਰ ਵੀ ਅੰਟਰਪ੍ਰੈਨਿਅਰਸ ਨੂੰ ਇਨਵਾਈਟ ਕਰਕੇ ਉਹਨਾਂ ਨੂੰ ਆਪਾਂ ਉਹਨਾਂ ਨੂੰ ਉੱਥੇ ਟ੍ਰੇ ਦੀ ਅਵੇਅਰਨੈਸ ਦਿੰਦੇ ਆ ਤਾਂ ਕਿ ਗਵਰਨਮੈਂਟ ਜੀ ਕੋਈ ਵੀ ਸਕੀਮ ਹੈਗੀ ਤੇ ਸਾਡਾ ਕੰਮ ਹੈ ਕਿ ਫੀਡਬੈਕ ਵੀ ਦੇਣਾ ਜਦੋਂ ਜੀਐਸਟੀ ਲਾਗੂ ਹੋਇਆ ਸੀਗਾ ਜਾਂ ਡੀਮੋਨੇਟੇਸ਼ਨ ਸੀਗੀ ਤਾਂ ਗਰਾਊਂਡ ਲੈਵਲ ਤੋਂ ਫੀਡਬੈਕ ਅਸੀਂ ਗਵਰਨਮੈਂਟ ਨੂੰ ਦਿੰਦੇ ਸੀਗੇ ਕਿ ਇਹ ਚੇਂਜਸ ਕੀਤੀਆਂ ਜਾਣ ਤਾਂ ਕਿ ਲੋਕਲ ਹੋਰ ਸਹੂਲਤ ਮਿਲੇ ਤੇ ਸਾਡੇ ਸੰਗਠਨ ਦਾ ਇਹ ਵੀ ਨਾਲ-ਨਾਲ ਕੰਮ ਰਹਿੰਦਾ ਹੈ ਕਿ ਇੱਕ ਲਿੰਕ ਅਹੀਂ ਵਿੱਚ ਇਸਟੈਬਲਿਸ਼ ਕਰਦੇ ਹਾਂ ਤੁਸੀਂ ਜੀਐਸਟੀ ਦੀ ਗੱਲ ਕੀਤੀ ਪਹਿਲਾਂ ਜਦੋਂ ਜੀਐਸਟੀ ਲੱਗਿਆ ਸੀ ਲੋਕੀ ਇੱਕਦਮ ਬੜਾ ਵਿਰੋਧ ਉਹਨਾਂ ਨੇ ਕੀਤਾ ਸੀ ਪਰ ਹੌਲੀ-ਹੌਲੀ ਇਹ ਸਾਰਾ ਕੁਝ ਲੀਤੇ ਆਉਂਦਾ ਗਿਆ ਤੇ GST ਨੇ ਲੋਕੀ ਪਸੰਦ ਵੀ ਕਰਨਾ ਸ਼ੁਰੂ ਕਰਤਾ ਹਾਂਜੀ ਕੋਈ ਵੀ ਚੇਂਜ ਆਉਂਦਾ ਸਮਾਜ ਦੇ ਵਿੱਚ ਇੱਕਦਮ ਐਕਸੈਪਟ ਨਹੀਂ ਹੁੰਦਾ ਉਹਨੂੰ ਲੋਕੀ ਓਪਨ ਆਰਮਜ਼ ਨਾਲ ਐਕਸੈਪਟ ਨਹੀਂ ਕਰਦੇ ਹੈਗੇ GST ਨੇ ਬਹੁਤ ਵੱਡਾ ਵਾਅਦਾ ਕੀਤਾ ਹੈ ਪਹਿਲੇ ਸੈਂਟਰਲ ਐਕਸਾਈ ਜੁੜੀ ਹੁੰਦੀ ਸੀਗੀ ਉਹ ਚੁਣਿੰਦਾ ਉੱਪਰ 1.5 ਕਰੋੜ ਤੋਂ ਉੱਪਰ سیل ਤੇ ਲੱਗਦੀ ਸੀਗੀ ਜੀ ਤੇ ਬਹੁਤ ਜ਼ਿਆਦਾ ਥੱਲੇ ਪ੍ਰੋਟੈਕਸ਼ਨਿਸਟ ਐਟੀਟਿਊਡ ਦੇ ਨਾਲ ਲੋਕੀ ਗਰੋ ਨਹੀਂ ਕਰ ਪਾਰੇ ਸੀ ਜੀ ਜੀਐਸਟੀ ਲੱਗਣ ਤੋਂ ਬਾਅਦ ਤੁਸੀਂ ਬਣਾ ਕੇ ਵੇਚ ਰਹੇ ਹੋ ਕਿ ਲੈ ਕੇ ਵੇਚ ਰਹੇ ਹੋ ਉਹਦਾ ਫਰਕ ਖਤਮ ਹੋ ਗਿਆ ਜੀ ਟ੍ਰੇਡ ਸਾਰਾ ਤੇ ਉਹਦੇ ਆਈਟੀਸੀ ਇਨਪੁਟ ਟੈਕਸ ਕ੍ਰੈਡਿਟ ਲੈਣ ਚ ਬਹੁਤ ਬੈਨੀਫਿਟ ਹੋਇਆ ਤੇ ਦੇ ਨਾਲ ਮੈਨੂਫੈਕਚਰ ਨੂੰ ਬਹੁਤ ਜ਼ਿਆਦਾ ਐਡਵਾਂਟੇਜ ਹੋਈ ਹੈ ਜੀਐਸਟੀ ਨਾਲ ਅ ਡਾਕਟਰ ਤੁਸੀਂ ਭਾਰਤੀ ਅਰਥਚਾਰੇ ਨੂੰ ਬੜੀ ਡੰਗਾ ਨਾਲ ਦੇਖਿਆ ਤੇ ਦੇਖਦੇ ਵੀ ਹੋ ਤੁਹਾਨੂੰ ਕੀ ਲੱਗਦਾ ਕਿ ਜਿੱਥੇ ਤੱਕ ਅਸੀਂ ਹੁਣ ਤੱਕ ਪਹੁੰਚਿਆ ਇੱਥੋਂ ਹੋਰ ਅੱਗੇ ਜਾਣ ਵਾਸਤੇ ਸਾਨੂੰ ਕੀ ਕੀ ਕਰਨ ਦੀ ਲੋੜ ਹੈ ਰਵਿੰਦਰ ਜੀ ਇੱਕ ਬਹੁਤ ਇੰਪੋਰਟੈਂਟ ਸਵਾਲ ਤੁਸੀਂ ਪੁੱਛਿਆ ਜੀ ਅ ਫਿਗਰ ਜਿਹੜੀਆਂ ਸਾਡੇ ਕੋਲ ਰਿਪੋਰਟ ਹੁੰਦੀਆਂ ਅਸੀਂ ਸਿਰਫ ਉਹਦੇ ਤੇ ਖੁਸ਼ ਹੋ ਜਾਈਏ ਇਹ ਮੇਰੇ ਹਿਸਾਬ ਨਾਲ ਠੀਕ ਗੱਲ ਨਹੀਂ ਹੋਏਗੀ ਜੀ ਅ ਕੁਝ ਇੱਕ ਚੀਜ਼ਾਂ ਦੇ ਨਾਲ-ਨਾਲ ਹੋਰ ਰਿਪੋਰਟਾਂ ਵੀ ਚੱਲਦੀਆਂ ਜੀ ਯੂਨਾਈਟਿਡ ਨੇਸ਼ਨਸ ਨੇ 2012 ਤੋਂ ਇੱਕ ਰਿਪੋਰਟ ਬਣਾਈ ਹੈ ਜੀ ਹੈਪੀਨੈਸ ਇੰਡੈਕਸ ਕਹਿੰਦੇ ਉਹਨਾਂ ਨੂੰ ਵਰਲਡ ਹੈਪੀਨੈਸ ਇੰਡੈਕਸ ਬਣਾਉਂਦੇ ਨੇ ਉਹਦੇ ਜੋ ਸਾਰੇ ਦੇਸ਼ਾਂ ਦੀ ਉੱਥੇ ਰੈਂਕਿੰਗ ਕਰਦੇ ਨੇ ਉਹਦੇ ਵਿੱਚ ਸਾਡਾ ਨੰਬਰ ਹਜੇ ਬਹੁਤ ਪਿੱਛੇ ਚੱਲ ਰਿਹਾ ਜੀ ਉਹਦੇ ਵਿੱਚ ਕੁਝ ਇੱਕ ਫੈਕਟਰ ਲਏ ਉਹਨਾਂ ਨੇ ਜਿਹਦੇ ਉੱਤੇ ਉਹ ਸਟੱਡੀ ਕਰਦੇ ਨੇ ਕਿ ਹੈਪੀਨੈਸ ਇੰਡੈਕਸ ਜਿਹੜਾ ਸਾਡੇ ਕੰਟਰੀ ਦਾ ਕਿੰਨਾ ਹੈਗਾ ਜੀ ਉਹ ਸਾਬ ਨਾਲ ਅਸੀਂ 100 ਤੋਂ ਉੱਪਰ ਚੱਲ ਰਹੇ ਹਜੇ 146 ਦੀ ਟੋਟਲ ਲਿਸਟ ਦੇ ਵਿੱਚ ਜੀ ਜਿੱਥੇ ਸਾਨੂੰ ਬਹੁਤ ਹਜੇ ਕੰਮ ਕਰਨ ਦੀ ਲੋੜ ਲੱਗਦੀ ਹੈ ਹੁਣ ਇਸ ਲੈਵਲ ਤੇ ਆ ਕੇ ਪੰਜ ਤੇ ਆ ਕੇ ਸੇ ਰੁਕ ਨਹੀਂ ਰੁਕ ਨਹੀਂ ਸਕਦੇ ਮੇਰੇ ਸਭ ਰੁਕਣਾ ਵੀ ਨਹੀਂ ਚਾਹੀਦਾ ਜੀ ਕਿਉਂਕਿ ਹਜੇ ਬਹੁਤ ਲੰਬਾ ਪੈਂਡਾ ਤੈਅ ਕਰਨ ਨੂੰ ਹੈ ਜੇ ਅਸੀਂ ਯੂਕੇ ਨਾਲ ਹੀ ਕੰਪੇਅਰ ਕਰ ਲਈਏ ਜੀ ਜੀ ਹਰ ਭਾਰਤੀ ਲਈ ਮਾਣ ਵਾਲੀ ਗੱਲ ਹੈ ਕਿ ਅਸੀਂ 200 ਸਾਲ ਇਹਨਾਂ ਵੱਲੋਂ ਇਹਨਾਂ ਦੇ ਰਾਜ ਥੱਲੇ ਸੀ ਰਹੇ ਹਾਂ ਤੇ ਸਾਡੇ ਲਈ ਸਾਰਿਆਂ ਦੀ ਖੁਸ਼ੀ ਵਾਲੀ ਗੱਲ ਸੀ ਜਦੋਂ ਅਸੀਂ ਇਹਨਾਂ ਨੂੰ ਪਛਾੜ ਕੇ ਅੱਗੇ ਲੰਘ ਸਕੇ ਜੀ ਪਰ ਜੇ ਅਸੀਂ ਇਹਨਾਂ ਨਾਲ ਹੀ ਕੰਪੇਅਰ ਕਰ ਲਈਏ ਤਾਂ ਇਹ ਜਿਵੇਂ ਉਹ ਵੀ ਸੀ ਸਾਹਿਬ ਹੁਣੇ ਅਡਰੈਸ ਹੋਏ ਸੀਗੇ ਤੁਸੀਂ ਵਿੱਚ ਦਿਖਾਏ ਹੋਣੇ ਬਾਈਸ ਉਹਨਾਂ ਦਾ ਉਹ ਬਹੁਤ ਇੱਕ ਵਾਜਬ ਗੱਲ ਕਹੀ ਉਹਨਾਂ ਨੇ ਕਿ ਜੇ ਅਸੀਂ ਪੋਪੂਲੇਸ਼ਨ ਨੂੰ ਕੰਪੇਅਰ ਕਰ ਲਈਏ ਹੂੰ ਹੂੰ ਤੇ ਪਰ ਕੈਪੀਟਲ ਜੀ ਡੀ ਪੀ ਸਾਡੀ ਬਹੁਤ ਫਰਕ ਹੈਗਾ ਜੀ ਜੀ ਅਸੀਂ ਭਾਵੇਂ 5 ਨੰਬਰ ਤੇ ਆ ਗਏ ਉਹ 6ਵੇਂ ਤੇ ਚਲੇ ਗਏ ਪਰ ਜੇ ਪਰ ਕੈਪੀਟਲ ਜੀ ਡੀ ਪੀ 2500 ਡਾਲਰ ਆਂਦੀ ਸਾਡੇ ਇੰਡੀਆ ਦੀ ਪੋਪੂਲੇਸ਼ਨ ਦੇ ਹਿਸਾਬ ਨਾਲ ਚੱਲੀਏ ਤੇ ਯੂਕੇ ਦੀ ਆ ਰਹੀ ਜੀ 47000 ਡਾਲਰ ਜੀ ਸੋ ਜੇ ਅਸੀਂ ਇਹ ਫਰਕ ਨੂੰ ਹਜੇ ਘਟਾਉਣਾ ਤੇ ਸਾਨੂੰ ਹਜੇ ਕਾਫੀ ਮਿਹਨਤ ਦੀ ਲੋੜ ਹੈ ਜੀ ਦੀ ਲੋੜ ਹੈ ਸਾਨੂੰ ਆਰਾਮ ਨਹੀਂ ਕਰਨਾ ਚ ਪੈਨੇਮੀ ਚਾਹੀਦੀ ਹੈ ਤੇ ਪਹੇਗੀ ਵੀ ਤੇ ਅਸੀਂ ਮਿਹਨਤ ਕਰਾਂਗੇ ਵੀ ਇਹ ਸਾਡਾ ਸਾਰਾ ਭਾਰਤੀਆਂ ਦਾ ਇੱਕ ਜਨੂਨ ਹੈ ਕਿ ਅਸੀਂ ਹੁਣ ਹੌਲੀ ਹੌਲੀ ਉੱਪਰ ਕਿਉਂਕਿ ਪੰਜਵੇਂ ਪੜਾਣ ਤੇ ਅਸੀਂ ਪਹੁੰਚ ਗਿਆ ਹੋਰ ਉੱਪਰ ਜਾਣਾ ਇਸ ਤੋਂ ਪਹਿਲਾਂ ਕਿ ਅਸੀਂ ਅੱਗੇ ਚਰਚਾ ਸ਼ੁਰੂ ਕਰੀਏ ਮੈਂ ਛੋਟੀ ਜਿਹੀ ਬ੍ਰੇਕ ਹੋ ਲਵਾ ਬ੍ਰੇਕ ਨਹੀਂ ਯਾਨੀ ਕੁਝ ਸਾਡੇ ਐਕਸਪਰਟਸ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਉਹ ਵੀ ਆਪਣਾ ਵਿਚਾਰ ਆਪਣਾ ਪ੍ਰतिकਰਮ ਦੇਣਗੇ ਇਸ ਗੱਲ ਤੇ ਅਗਰ 10 ਸਾਲ ਪਹਿਲਾਂ ਦੇਖੀਏ ਇੱਕ ਡੈਕੇਡ ਤੋਂ ਪਹਿਲਾਂ ਇੰਡੀਆ 11th ਲਾਰਜੇਸਟ ਇਕਨੋਮੀ ਸੀ ਵਰਲਡ ਵਿੱਚ ਤੇ ਐਟ ਪ੍ਰੈਜ਼ੈਂਟ ਜੋ IMF ਨੇ ਡਾਟਾ ਰਿਲੀਜ਼ ਕੀਤਾ ਹੈ ਉਹਦੇ ਵਿੱਚ ਇੰਡੀਆ ਨੇ ਬ੍ਰਿਟੇਨ ਨੂੰ ਕ੍ਰੋਸ ਕਰ ਦਿੱਤਾ ਹੈ ਐਂਡ ਇੰਡੀਆ ਇਸ ਟਾਈਮ 5th ਰੈਂਕ ਤੇ ਪਹੁੰਚ ਗਿਆ ਇਹਦੇ ਕਾਫੀ ਕਾਰਨ ਹਨ ਉਹਨਾਂ ਕਾਰਨਾਂ ਵਿੱਚੋਂ ਅਗਰ ਅਸੀਂ ਦੇਖੀਏ ਡਿਜੀਟਲ ਰੈਵੋਲੂਸ਼ਨ ਇੱਕ ਬਹੁਤ ਵੱਡਾ ਕਾਰਨ ਹੈ ਅਸੀਂ ਇਨੋਵੇਸ਼ਨ ਇੰਡੈਕਸ ਵਿੱਚ ਅਸੀਂ ਅੱਛਾ ਰੈਂਕ ਅਚੀਵ ਕੀਤਾ ਹੈ ਈਜ਼ ਆਫ ਡੂਇੰਗ ਬਿਜ਼ਨਸ ਵਿੱਚ ਵੀ ਸਾਡਾ ਰੈਂਕ ਕਾਫੀ ਉੱਪਰ ਆਇਆ ਹੈ ਐਂਡ ਹੋਰ ਵੀ ਕਾਫੀ ਰੀਜ਼ਨ ਨੇ ਜਿਨ੍ਹਾਂ ਦੇ ਵਿੱਚ ਅਸੀਂ ਜਿਵੇਂ ਸਪੈਸ਼ਲੀ ਮੈਨੂਫੈਕਚਰ ਸੈਕਟਰ ਦੀ ਗ੍ਰੋਥ ਨੂੰ ਲੈ ਕੇ ਜਾਂ ਨਵੇਂ ਸਟਾਰਟਅੱਪਸ ਨੂੰ ਲੈ ਕੇ ਹੈ ਉਹਦੇ ਕਰਕੇ ਇੰਡੀਆ ਦੀ ਗ੍ਰੋਥ ਅੱਗੇ ਚੱਲ ਰਹੀ ਹੈ ਪਰ ਅਦੇ ਅਗਰ ਜੇ ਅਸੀਂ ਬ੍ਰਿਟੇਨ ਨਾਲ ਸਪੈਸਿਫਿਕ ਕੰਪੈਰੀਸਨ ਕਰੀਏ ਤੇ ਜੇ ਬ੍ਰਿਟੇਨ ਨੂੰ ਦੇਖੇ ਬ੍ਰਿਟੇਨ ਦੇ ਐਗਜ਼ਿਟ ਫਰੋਮ ਬ੍ਰੈਗਜ਼ਿਟ ਬ੍ਰੈਗਜ਼ਿਟ ਬ੍ਰਿਟੇਨ ਦੇ ਜਿਹੜੀ ਐਗਜ਼ਿਟ ਹੋਇਆ ਫਰੋਮ ਯੂਰੋਪੀਅਨ ਯੂਨੀਅਨ ਉਹ ਹਜੇ ਬ੍ਰਿਟੇਨ ਉਸ ਚੀਜ਼ ਨੂੰ ਅਚੀਵ ਨਹੀਂ ਕਰ ਪਾ ਰਿਆ ਉਹ ਆਪਣੇ ਉਸ ਸਟੇਬਲ ਪੋਜੀਸ਼ਨ 'ਚ ਨਹੀਂ ਆ ਰਿਹਾ ਐਂਡ ਸੈਕੰਡਲੀ ਯੂਕਰੇਨ ਕ੍ਰਾਈਸਿਸ ਕੋਵਿਡ ਕ੍ਰਾਈਸਿਸ ਤੋਂ ਬ੍ਰਿਟੇਨ ਉਥੇ ਐਸ ਕੰਪੇਅਰ ਟੂ ਇੰਡੀਆ ਮੱਚ ਪਰਫਾਰਮ ਨਹੀਂ ਕਰ ਪਾਇਆ ਬਟ ਇੰਡੀਆ ਅਗਰ ਐਸ ਹੋਦਾ ਕਿ ਉਸ ਨੂੰ ਸਿਰਫ ਹੈ ਇਸ ਕੁਆਰਟਰ ਦੀ ਗਰੋਥ ਹੈ ਤੇ ਇੱਥੇ ਮੈਂ ਇਹ ਦੱਸਣਾ ਬਹੁਤ ਜ਼ਰੂਰੀ ਸਮਝਾਂਗੀ ਕਿ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਗਰੋਥ ਨੂੰ ਇਸ ਤੋਂ ਜ਼ਿਆਦਾ ਐਸਟੀਮੇਟ ਕੀਤਾ ਸੀ ਤੇ ਉਹ ਐਸਟੀਮੇਸ਼ਨ असि क्यों पिछे रह गए काफी रीजन है क्योंकि हजेस्ट्रियल से जरूरत है, है इसका रिजन है कि जो हमारी डोमेस्टिक डिमांड है लोग दो साल के बाद घरों से निकले उनकी डोमेस्टिक जो स्पेंड कर रहे हैं उसकी वजह से डोमेस्टिक डिमांड बढ़ रही है और सर्विस सेक्टर में भी हम बूम आया है सर्विस सेक्टर की वजह से भी ये चीज बढ़ रही है दो ये दोनों रीजन है उसका बढ़ने का और हमारा एक्चुअली जो ध्यान देने की बात है वो है मैनुफैक्चरिंग सेक्टर उसका अभी भी लेस देन फाइव परसेंट ग्रोथ है तो इन फ्यूचर हमें मैन्युफैक्चरिंग सेक्टर पे ज़्यादा ध्यान देना होगा जिसकी वजह से हम और अच्छी ग्रोथ कर पाएंगे क्योंकि हमारे पास डिमांड भी है पॉपुलेशन हमारी ट्वेंटी टाइम्स है यूके से तो उनसे डिमांड का कोई मतलब बहुत ज़्यादा आगे है हम डोमेस्टिक डिमांड में भी सर्विस सेक्टर भी हमारा अच्छा है क्टर यह हमारे लिए सबसे पहले प्राउड मोमेंट है कि जिसने हमारे कंट्री के ऊपर रूल किया हम उस कंट्री को आगे पीछे छोड़ के हम आगे निकाल रहे हैं सर तो उसके लिए सिवरल फैक्टर है सर जैसे कि हमारे सर्विस सेक्टर में जितना ग्रोथ हो रहा है और अदर जो सेक्टर है तो हमें जितना पहले इम्पोर्ट करते थे हम उतना इंपोर्ट हम नहीं कर रहे हैं सर तो हमारे जो फोकस जो है एक्सपोर्ट के ऊपर थोड़ा बहुत जा रहे हैं सर तो उसकी वजह से हमारा ग्रोथ रेट बढ़ रहा है सर जो आ, जब हम आईएमएफ की रिपोर्ट में जब हम देखते हैं सर यूएस डॉलर में कंपेरेटिवली जो ग्रोथ रेट होते हैं यू का हो रहा है सर वन पॉइंट सेवन ग्रोथ रेट हो रहे कंपेरेटिवली इंडिया का हो रहा है सर फाइव पॉइंट सेवन परसेंट कंपाउंड अनुअल ग्रोथ हो रहे है सर तो इसके बेसिस पर अगर हम देखें तो सर अपकमिंग ईयर्स में इंडिया फाइव ट्रिलियंस जो इकोनॉमी का टारगेट है सर वो टू ट्वेंटी सिक्स में कर सकते हैं तो मेक इन इंडिया की वजह से बहुत सारे जैसे कि पहले ही हमारे मैन्युफैक्चरिंग सेक्टर जो कि अभी भी उतना ग्रो नहीं कर पा रहे सर बट उसकी वजह से अभी मैन्युफैक्चरिंग सेक्टर भी ग्रो कर रहे हैं सर शायद उसकी वजह से जितना शेयर पहले नहीं था उसकी अभी उसका शेयर भी थोड़ा बढ़ रहा है सर बाकी हमारे बहुत सारे एरिया अभी भी फोकस करने की ज़रूरत है सर जैसे कि हमारे रूरल एरियाज में जो डिमांड की डिफिशेंसी हो रही है सर उसके ऊपर भी फोकस कर है सर और सर्विस सेक्टर को बूस्ट बूस्टअप अभी भी और करने की ज़रूरत है सर तो अगर ऐसे हम फोकस करते जाएंगे सर डेफिनेटली हम टॉप थ्री में भी आ सकते हैं ਪਰਵਿੰਦੀ ਸਾਡੇ ਤਿੰਨ ਬੁਲਾਰਿਆਂ ਨੇ ਆਪਣੇ ਪ੍ਰतिकਰਨ ਦਿੱਤੇ ਉਹਨਾਂ ਚੋਂ ਦੋ ਪਹਿਲੇ ਦੋਵਾਂ ਨੇ ਬੜੇ ਸਪਸ਼ਟ ਤੌਰ ਤੇ ਤੁਹਾਨੂੰ ਕੁਟੈਰਜ ਖੜਾ ਕੀਤਾ ਪਹਿਲੇ ਉਹ ਮੈਡਮ ਬੋਲ ਰਹੀ ਸੀ ਉਹਨਾਂ ਨੇ ਕਿਹਾ ਕਿ ਇੰਡਸਟਰੀਅਲ ਗੈਪ ਉਹ ਹਲੇ ਖਤਮ ਕਰਨਾ ਜ਼ਰੂਰੀ ਹੈ ਦੂਜੇ ਸਾਡੇ ਜਿਹੜੇ ਸਾਸੀ ਸੀ ਉਹਨਾਂ ਨੇ ਇਹ ਕਿਹਾ ਕਿ ਮੈਨੂਫੈਕਚਰਿੰਗ ਦੇ ਖੇਤਰ ਚ ਹਲੇ ਸਾਨੂੰ ਕੁਝ ਕਰਨ ਦੀ ਲੋੜ ਹੈ ਤੁਹਾਨੂੰ ਕੀ ਲੱਗਦਾ ਕਿ ਐਮਐਸਐਮਈ ਚ ਕੀ ਹੋਰ ਸਾਨੂੰ ਕਰਨਾ ਚਾਹੀਦਾ ਤਾਂ ਕਿ ਅਸੀਂ ਹੋਰ ਗਰੋਅ ਕਰ ਸਕੀਏ ਬਿਲਕੁਲ ਠੀਕ ਹੈ ਮੈਨੂਫੈਕਚਰਿੰਗ ਸੈਕਟਰ ਹੀ ਬੇਸਿਸ ਹੈ ਬਿਲਕੁਲ ਠੀਕ ਹੈ ਇਹਨਾਂ ਨੇ ਜੀ ਇਹ ਇੱਕ ਬੈਕਗਰਾਉਂਡ ਹੈ ਜੀ ਜਿਸ ਵੇਲੇ WTO ਦੇ ਅੰਤਰਗਤ ਗੈਟ ਸਮਝੌਤਾ ਹੋਇਆ ਸੀ ਜਨਰਲ ਐਗਰੀਮੈਂਟ ਔਨ ਟ੍ਰੇਡ ਐਂਡ ਟੈਰਿਫ ਜੀ ਉਸ ਵੇਲੇ ਇੰਡੀਆ ਦੇ ਵਿੱਚ 812 ਮੈਨੂਫੈਕਚਰਿੰਗ ਸੈਕਟਰ ਦੇ ਅਸਲੀ ਆਈਟਮ ਰਿਜ਼ਰਵ ਸੀਗੀਆਂ ਜੀ ਬਾਅਦ ਵਿੱਚ ਹਰ ਸਾਲ ਇਹਨੂੰ ਡੀ ਰਿਜ਼ਰਵ ਕਰਦੇ ਗਏ ਜੀ ਮੈਨ ਜਿਹੜੀ ਛੋਟੇ-ਛੋਟੇ ਕਸਬਿਆਂ ਵਿੱਚ ਇੰਡਸਟਰੀ ਸੀਗੀ ਇਹਦੀ ਸੀਗੀ ਉਹ ਜਦੋਂ ਵੱਡੀਆਂ ਕੰਪਨੀ ਨੇ ਬਣਾਣੀ ਸ਼ੁਰੂ ਕਰਦੇ ਪ੍ਰੋਡਕਟਸ ਉਹ ਵਾਈਪ ਆਊਟ ਹੋਣੀ ਸ਼ੁਰੂ ਹੋ ਗਈਆਂ ਜਿਹਦੇ ਨਾਲ ਅਨਪਲੋਇਮੈਂਟ ਕ੍ਰੀਏਟ ਹੋਈ ਹੈ ਜੀ ਐਕਚੁਅਲ ਦੇ ਵਿੱਚ ਇੰਡੀਆ ਨੂੰ ਮੈਨੂਫੈਕਚਰਿੰਗ ਸੈਕਟਰ ਨੂੰ ਸਟਰੈਂਥਨ ਕਰਨਾ ਚਾਹੀਦਾ ਸੀਗਾ ਆਪਾਂ ਚਾਈਨਾ ਦਾ ਐਗਜ਼ਾਮਪਲ ਦੇਖੀਏ ਜੀ ਚਾਈਨਾ ਨੇ ਐਗਰੀਕਲਚਰ ਸੈਕਟਰ ਤੋਂ ਬਾਅਦ ਮੈਨੂਫੈਕਚਰਿੰਗ ਸੈਕਟਰ ਨੂੰ ਮਜ਼ਬੂਤ ਕੀਤਾ ਜੀ ਪਹਿਲੇ ਦਹਾਕੇ ਵਿੱਚ 21 ਸੈਂਚਰੀ ਦੇ ਵਿੱਚ 12 ਕਰੋੜ ਲੋਕੇ ਜਿਹੜੇ ਇਹ ਇਹ ਚਾਈਨਾ ਦੇ ਵਿਲੇजेस ਤੋਂ ਸ਼ਿਫਟ ਹੋਏ ਆ ਜੀ ਉਹਨਾਂ ਨੇ ਉਹਨਾਂ ਨੇ এমਪਲੋਇਮੈਂਟ ਜਨਰੇਟ ਕੀਤੀ ਮੈਨੂਫੈਕਚਰਿੰਗ ਸੈਕਟਰ ਸਮਾਲ ਸਕੀਲ ਇੰਡਸਟਰੀ ਉਹ ਤੇ ਘਰ ਘਰ ਚ ਇੰਡਸਟਰੀ ਹੈ ਜੀ ਚਾਈਨਾ ਇੰਡੀਆ ਦੇ ਵਿੱਚੋਂ ਅਸੀਂ ਡਾਇਰੈਕਟਲੀ ਜੰਪ ਕਰਕੇ ਸਰਵਿਸ ਸੈਕਟਰਸ ਗਏ ਆ ਜੀ ਐਡਾ ਵੱਡਾ ਮੁਲਖ ਦੁਨੀਆ ਚ ਕੋਈ ਨਹੀਂ ਹੈਗਾ ਜਿਹੜਾ ਡਾਇਰੈਕਟਲੀ ਮੈਨੂਫੈਕਚਰਿੰਗ ਜੰਪ ਕਰਕੇ ਸਰਵਿਸ ਵੀ ਗਿਆ ਹੋਵੇ ਜੀ ਤੁਹਾਡੀ ਪ੍ਰੋਡਕਸ਼ਨ ਬੇਸ ਹੈ ਹੁਣ ਗਵਰਨਮੈਂਟ ਦਾ ਧਿਆਨ 8 ਸਾਲ ਤੋਂ ਗਿਆ ਤੁਸੀਂ ਦੇਖੋ ਪੰਜਵੀਂ ਇਕਨੋਮੀ ਵੱਡੀ ਬਣ ਗਈ ਜੀ 2014 ਜੀ ਮੋਦੀ ਜੀ ਆਏ ਉਸ ਤੋਂ ਪਹਿਲਾਂ ਇੰਡੀਆ ਪੰਜ ਫਰੇਜਾਈਲ ਇਕਨੋਮੀ ਵੀ ਸੀ ਹੈ ਕਮਜ਼ੋਰ ਇਕਨੋਮੀ ਵੀ ਸੀ ਉੱਥੋਂ ਲੈ ਕੇ ਇੱਥੇ ਤੱਕ ਦਾ ਸਫ਼ਰ ਇਹ ਬੜਾ ਇਨਕ੍ਰੈਡੀਬਲ ਹੈ ਔਰ ਜਿਹੜੀਆਂ ਪਾਲਿਸੀ ਹੁਣ ਗਵਰਨਮੈਂਟ ਦੇ ਰਹੀ ਹੈ ਛੋਟੀਆਂ ਛੋਟੀਆਂ ਇੰਡਸਟਰੀ ਨੂੰ ਲਗਾਤਾਰ ਬਿਜਲੀ ਸਪਲਾਈ ਚਾਹੀਦੀ ਹੈ ਨਿਰੰਤਰ ਰੈਗੂਲਰ ਸਪਲਾਈ ਆਫ ਇਲੈਕਟ੍ਰਿਟੀ ਚਾਹੀਦੀ ਹੈ ਉਹਨਾਂ ਨੂੰ ਜਿੰਨੇ ਵੀ ਕੰਪਲਾਈਂਸਿਸ ਨੇ ਡਿਪਾਰਟਮੈਂਟ ਨੇ ਕੰਪਲਾਈਂਸਿਸ ਤੋਂ ਛੁਟਕਾਰਾ ਮਿਲਣਾ ਬਹੁਤ ਜ਼ਰੂਰੀ ਹੈ ਜੀ ਔਰ ਜਿਹੜਾ ਉਹਨਾਂ ਨੂੰ ਲੋਨ ਮਿਲੇ ਕੱਟ ਇੰਟਰਸਟ ਰੇਟ ਤੇ ਮਿਲੇ ਐਨਓਸੀ ਲੈਣ ਵਾਸਤੇ ਜਗ੍ਹਾ ਜਗ੍ਹਾ ਨਾ ਜਾਣਾ ਪੈਵੇ ਕਿਉਂਕਿ ਪੀਐਨ ਟੂ ਪ੍ਰੀਮੀਅਰ ਇੱਕੋ ਹੀ ਬੰਦਾ ਹੁੰਦਾ ਛੋਟੇ ਛੋਟੇ ਯੂਨਿਟਸ ਨੇ ਜੀ ਉਹ ਆਪਣੇ ਕੰਮ 'ਚ ਰੁੱਝੇ ਰਹਿੰਦੇ ਨੇ ਗਵਰਨਮੈਂਟ ਦੀ ਕੰਪਲਾਈਸਿਸ ਕਰਨੀ ਇੰਨੀ ਜ਼ਿਆਦਾ ਉਹਨਾਂ ਦੇ ਬਸ ਦੀ ਗੱਲ ਹੀ ਹੁੰਦੀ ਆ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਹਟਾ ਜਨਨ ਦਾ ਧਿਆਨ ਹਟਾ ਕੇ ਕੰਸਟਰੈਂਟ ਕਰਨ ਪ੍ਰੋਡਕਸ਼ਨ ਦੇ ਉੱਪਰ ਪਲੱਸ ਉਹਨਾਂ ਦੀ ਪੇਮੈਂਟ ਜਿਹੜੀ ਬਾਹਰ ਫਸਦੀ ਏ ਇਹ ਬਹੁਤ ਵੱਡਾ ਚੱਕਰ ਹੈ ਉਹ ਜਿਹੜੀ ਪੇਮੈਂਟ ਦੀ ਜਿਹੜੀ ਰਿਕਵਰੀ ਓਨ ਅ ਤਾਂ ਐਮ ਐਸ ਐਮ ای ਜਿਹੜੇ ਨੇ ਬਹੁਤ ਜ਼ਿਆਦਾ ਫਰਕ ਡੋ ਕਰ ਸਕਦੇ ਆ। ਅ ਡਾਕਟਰ ਤੁਹਾਡਾ ਕੀ ਖਿਆਲ ਹੈ? ਅ ਮੈਂ ਆਪਣੀ ਗੱਲ ਨੂੰ ਸਮੇਟਾਂਗਾ ਜੀ ਸਿਰਫ 2 ਮਿੰਟ ਦੇ ਵਿੱਚ। ਜੀ। ਅ ਬਿਲਕੁਲ ਠੀਕ ਗੱਲ ਕਹੀ ਜਿਹੜਾ ਇੰਡਸਟਰੀਅਲ ਗੈਪ ਸੀ ਅਸੀਂ ਜੰਪ ਵੀ ਲਿਆ ਸਰਵਿਸ ਸੈਕਟਰ ਦੇ ਉੱਤੇ ਆ ਗਏ ਸੀ। ਜੀ। ਅ ਸਾਰਟ ਆ ਫੋਕਸ ਹਜੇ ਵੀ ਜਿਹੜਾ ਚੱਲ ਰਿਹਾ ਨਾ ਜੀ ਮੇਰੇ ਮੁਤਾਬਿਕ ਚੱਲ ਰਿਹਾ ਅ ਅਬੰਡੈਂਸ ਦੇ ਉੱਤੇ। ਜੀ। ਜੇ ਅਸੀਂ ਬਹੁਤ ਆਦ ਦੀ ਗੱਲ ਕਰੀਏ। ਜੀ ਜੀ। ਮੈਂ ਛੋਟੀ ਜੀ ਇੱਕ ਰੈਫਰੈਂਸ ਤੁਹਾਨੂੰ ਜ਼ਰੂਰ ਦੇਣੀ ਚਾਹਾਂਗਾ। ਅ ਇੱਕ ਗੋਲੇ ਦੀ ਖਾਨ ਚ ਕੰਮ ਕਰਨ ਵਾਲਾ ਬੰਦਾ ਸੀ ਉਹਦੇ ਘਰ ਦੇ ਵਿੱਚ ਬੱਚਾ ਸੀ ਛੋਟਾ ਇੱਕ ਜੀ ਉਹਨੇ ਆਪਣੀ ਮਾਤਾ ਨੂੰ ਕਿਹਾ ਕਿ ਅੱਜ ਠੰਡ ਪੜੀ ਹੈ ਤੇ ਥੋੜਾ ਜਿਹਾ ਕੋਲਾ ਬਾਲ ਦੇ ਜੀ ਮਾਤਾ ਨੇ ਕਿਹਾ ਕਿ ਬੱਚੇ ਮੇਰੇ ਕੋਲ ਕੋਲਾ ਨਹੀਂ ਹੈ ਉਹਨੇ ਕਿਹਾ ਕੋਲਾ ਕਿਉਂ ਨਹੀਂ ਹੈ ਉਹ ਕਹਿੰਦੀ ਮੇਰੇ ਕੋਲ ਪੈਸੇ ਨਹੀਂ ਆ ਕੋਲਾ ਲਿਆਣ ਲਈ ਉਹ ਕਹਿੰਦਾ ਪੈਸੇ ਕਿਉਂ ਨਹੀਂ ਹੈ ਉਹਨੇ ਕਿਹਾ ਜੀ ਮੇਰਾ ਜਿਹੜਾ ਤੇਰਾ ਫਾਦਰ ਹੈਗਾ ਉਹ ਨੌਕਰੀ ਤੋਂ ਜਵਾਬ ਹੋ ਗਿਆ ਉਹਨੂੰ ਹੂੰ ਤੇ ਅਸਲੀ ਮੇਰੇ ਕੋ ਪੈਸੇ ਨਹੀਂ ਆ। ਹਾਲਾਂਕਿ ਕੋਲੇ ਵੀ ਖਾਂਚ ਹੀ ਕੰਮ ਕਰਦੀ। ਉਹ ਕਹਿੰਦਾ ਤੈਨੂੰ ਉਹਨੂੰ ਨੌਕਰੀ ਤੋਂ ਜਵਾਬ ਕਿ ਹੋ ਗਿਆ ਉਹਨੇ ਕਿਹਾ ਵੀ ਇਸ ਸਾਲ ਬਹੁਤ ਆਤ ਵਿੱਚ ਕੋਲਾ ਪੈਦਾ ਹੋ ਗਿਆ। ਇਸ ਕਰਕੇ ਉਹਨੂੰ ਨੌਕਰੀ ਤੋਂ ਉਹਨੂੰ ਜਵਾਬ ਦੇ ਦਿੱਤਾ ਗਿਆ। ਸੋ ਸਾਨੂੰ ਇਹ ਧਿਆਨ ਰੱਖਣਾ ਪਏਗਾ ਜੇ ਅਸੀਂ ਬਹੁਤ ਆਦ ਦੀ ਗੱਲ ਕਰੀ ਜਾਵਾਂਗੇ ਤਾਂ ਉੱਥੇ ਸਾਡਾ ਫੋਕਸ ਨਹੀਂ ਸਾਡਾ ਇਹ ਹੈ ਕਿ ਡਿਸਟ੍ਰੀਬਿਊਸ਼ਨ ਜਿਹੜੀ ਇੰਪੋਰਟੈਂਟ ਹੈ ਇਕੁਅਲ ਉਸ ਲੈਵਲ ਤੱਕ ਡਿਸਟ੍ਰੀਬਿਊਸ਼ਨ ਕਿ ਹਰ ਘਰ ਚ ਜਿਵੇਂ ਅੱਜ ਕੱਲ ਚੱਲ ਰਹੀ ਹੈ ਜਲ ਨਾਲ ਅਸੀਂ ਹਰ ਘਰ ਅਸੀਂ ਨਲ ਦੀ ਗੱਲ ਕਰ ਰਹੇ ਹਾਂ ਪਾਣੀ ਦੀ ਗੱਲ ਕਰ ਰਹੇ ਹਾਂ ਅਸੀਂ ਗੈਸ ਦੀ ਜਿਵੇਂ ਗੱਲ ਉੱਥੇ ਪਹੁੰਚ ਗਈ ਹੈ ਇਸ ਤਰ੍ਹਾਂ ਇਹ ਚੀਜ਼ਾਂ ਇਹ ਜਿਹੜੀਆਂ ਰਿਕੁਆਇਰਮੈਂਟ ਜਿਹੜੀ ਹੈ ਸਰ ਸਾਰੇ ਘਰ ਤੱਕ ਠੀਕ ਤਰ੍ਹਾਂ ਵੰਡੀ ਜਾਏਗੀ ਤੇ ਉਹਨੂੰ ਅਸੀਂ ਸਹੀ ਤਰੀਕੇ ਨਾਲ ਡਵੈਲਪਮੈਂਟ ਕਰਕੇ ਅਸੀਂ ਗਰੋ ਕਰ ਸਕਦੇ ਹਾਂ ਅ ਦਰਸ਼ਕੋ ਬੜੀਆਂ ਸੋਹਣੀਆਂ ਗੱਲਾਂ ਸਾਡੇ ਦੋਨਾਂ ਐਕਸਪਰਟਸ ਨੇ ਕੀਤੀਆਂ ਡਾਕਟਰ ਜਸਪਾਲ ਜੀ ਅਰਵਿੰਦ ਤੁਮਰ ਜੀ ਨੇ ਸੋ ਅਸੀਂ ਕੁਆਰੀ ਫੇਰ ਜਾਂਦੇ ਜਾਂਦੇ ਇਹ ਸੁਨੇਹਾ ਦੇਵਾਂਗੇ ਕਿ ਮਿਹਨਤ ਕਰੋ ਜਿਹੜੇ ਜਗ੍ਹਾ ਤੇ ਅਸੀਂ ਪਹੁੰਚ ਚੁੱਕੇ ਹਾਂ ਯਾਨੀ ਪੰਜਵੀਂ ਇਕਨੋਮੀ ਅਸੀਂ ਬਣ ਚੁੱਕੇ ਹਾਂ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਹੋਰ ਪਹੁੰਚ ਜਾਣਾ ਤੇ ਦੁਨੀਆਂ ਦਾ ਸਭ ਤੋਂ ਵੱਡਾ ਅਰਸ਼ ਚੜਾ ਸੀ ਬਣਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਰ ਥੈਂਕ ਯੂ ਸੋ ਮੈਨ